बीटीसी नेटवर्क की खास धार्मिक पेशकश सिख सरगर्मियां लैके हाजिर हाँ मैं मनिंदर सिंह मौंगा। इस प्रोग्राम विच असी सिखां दी सिरमौर जथेबंदी श्रोमणी गुरुद्वारा प्रबंधक कमेटी वालों सिखी के प्रचार अते प्रसार लई निभाईयां जा रही वडबुलियां सेवावां तो आप जी नूं जाणू करवांदे हाँ अते इस दे नाल ही पावन पित्र इतिहासिक दिहाड़ियां दी महत्ता आप जी नाल सांझी करदे हाँ। सो प्रोग्राम की शुरुआत करदे हाँ पंथक हल्के दीआं सरगर्मियां दे नाल। श्री अकाल तख्त साहब के सबका जथेदार थे सचखंड श्री हरिमंदर साहब के ग्रंथी सिंह साहब ज्ञानी जोगिंदर सिंह वेदांती नवें अंतिम अरदास समागम बीते दिनी गुरुद्वारा संगराणा साहब विखे होया, जिस विच सचखंड श्री हरिमंदर साहब के हजूरी कीर्तनी जथियां ने संगत नूं गुरबाणी कीर्तन नाल जोड़िया ते सिख कौम दीआं प्रमुख शख्सियतां जथेदार वेदांती जी नूं श्रद्धांजलि भेंट करन दे लई पहुंचियां। अरदास भाई राजदीप सिंह ने कीती ते पावन हुक्मनामा सचखंड श्री हरिमंदर साहब के मुख ग्रंथी सिंह साहब ज्ञानी जगतार सिंह ने सरवण करवाया। इस तों पहलां उन्हां दे ग्रह विखे श्री खंड साहब के भोग पाए गए। अरदास समागम मौके श्री अकाल तख्त साहब के जथेदार सिंह साहब ज्ञानी हरप्रीत सिंह ने जथेदार जोगिंदर सिंह वेदांती नूं श्री अकाल तख्त साहब वालों पंथक सम्मान देने लई पांच सिंह साहिबान की एकत्रता विच विचार करन दा प्रगटावा कीता। उते ही श्रोमणी गुरुद्वारा प्रबंधक कमेटी के प्रधान बीबी जगीर कौर ने जथेदार वेदांती की तस्वीर नूं सचखंड श्री हरिमंदर साहब समूह विखे केंद्रीय सिख अजायब घर विच लगाउण दा ऐलान कीता। जथेदार ज्ञानी हरप्रीत सिंह ने सिंह साहब ज्ञानी जोगिंदर सिंह वेदांती की शख्सियत बारे विचार करदिआं कहा। ਜਥੇਦਾਰ ਜੋਗਿੰਦਰ ਸਿੰਘ ਜੀ ਵਿਦਾਂਤੀ ਜਿਹੜੇ ਅਚਨਚੇਤੀ ਪਰਿਵਾਰ ਸੰਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਅਕਾਲ ਪੁਰਖ ਦੇ ਭਾਣੇ ਅੰਦਰ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਇਕੱਤਰ ਹੋਏ ਹਾਂ। ਪੰਥ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਔਰ ਇਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਧੰਨਵਾਦ ਕਰਦਾ। ਬਹੁਤ ਵੱਡੀਆਂ ਦੇਣਾ ਨੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ। ਗੁਰਮੁਖ ਜਨਮ ਸਵਾਰ ਦਰਗਿਆ ਚੱਲਿਆ ਸੱਚੀ ਦਰਗਿਆ ਜਾਏ ਸੱਚਾ ਪਿੜ ਮੱਲਿਆ। ਅੱਜ ਬਹੁਤ ਹੀ ਮਾਣਯੋਗ ਸਾਡੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ ਜੋ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਹੈ, ਉਹਨਾਂ ਦੇ ਨਿਮਿੱਤ ਅਰਦਾਸ ਦਾ ਸਮਾਗਮ ਸੀ। ਸਾਰੀ ਸੰਗਤ ਜਿੱਥੇ ਸਿੰਘ ਸਾਹਿਬਾਨ ਮਹਾਨ ਸ਼ਖਸੀਅਤਾਂ ਮਹਾਂਪੁਰਖ ਅਤੇ ਪੰਥ ਦਰਦੀ ਸਿੱਖ ਕੌਮ ਦੇ ਗੁਰੂ ਨਾਨਕ ਨਾਮ ਲੇਵਾ ਸਾਰੀ ਸੰਗਤ ਉੱਥੇ ਪਹੁੰਚੀ ਹੈ। ਮੈਂ ਸਮਝਦੀ ਹਾਂ ਕਿ ਉਹਨਾਂ ਦੇ ਗੁਣਾਂ ਨੂੰ ਯਾਦ ਕਰਨਾ ਉਹਨਾਂ ਵੱਲੋਂ ਵੰਡਿਆ ਜੋ ਗੁਣਾਂ ਦਾ ਭੰਡਾਰ ਸੀ ਅੱਜ ਉਸ ਨੂੰ ਨਮਸਕਾਰ ਕਰਨਾ ਸਾਡਾ ਮੁੱਢਲਾ ਫਰਜ਼ ਬਣਦਾ ਹੈ। ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ ਸਾਹਿਬ ਜੀ ਦੇ ਜਾਣ ਤੋਂ ਬਾਅਦ ਬਹੁਤ ਵੱਡਾ ਅੱਜ ਅਸੀਂ ਖਲਾਅ ਮਹਿਸੂਸ ਕਰਦੇ ਹਾਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਉਹਨਾਂ ਸਾਰੀ ਜ਼ਿੰਦਗੀ ਕੋਈ ਸਾਲ ਲਏਗਾ ਕੋਈ 10 ਸਾਲ ਰਹੇਗਾ ਕੋਈ 20 ਸਾਲ ਰਹੇਗਾ, ਮੇਰਾ ਖਿਆਲ ਹੈ ਕਿ ਜਦ ਤੱਕ ਜਦੋਂ ਤੋਂ ਤੁਰੇ ਹੈ 1954 ਤੋਂ ਲੈ ਕੇ ਸਾਰੀ ਜ਼ਿੰਦਗੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਧਰਮ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਜਿੱਥੇ ਬਤੀਤ ਕੀਤੀ ਹੈ ਉਹਨਾਂ ਦੀਆਂ ਕੀਤੀਆਂ ਸੇਵਾਵਾਂ ਸਾਨੂੰ ਹਮੇਸ਼ਾ ਹੀ ਅਗਵਾਈ ਦਿੰਦੀਆਂ ਰਹਿਣਗੀਆਂ। ਉਹਨਾਂ ਦੀ ਦਿੱਤੀ ਪ੍ਰੇਰਣਾ ਜਿਹੜੀ ਹੈ ਸਾਨੂੰ ਬਹੁਤ ਵੱਡੀ ਤਾਕਤ ਦਿੰਦੀਆਂ ਰਹਿਣਗੀਆਂ। ਵਾਹਿਗੁਰੂ ਕਿਰਪਾ ਕਰੇ ਸਾਰੀ ਸਿੱਖ ਪੰਥ ਨੂੰ ਇਹ ਪਾਣਾ ਮੰਨ ਦੀ ਸ਼ਕਤੀ ਦੇਵੇ। श्रोमणी गुरुद्वारा प्रबंधक कमेटी वालों श्री गुरु अमरदास पातशाह जी के प्रकाश गुरपुर मौके गुरु साहब के प्रकाश अस्थान गुरुद्वारा सन साहब बाक्सर के गिलां विखे विशेष समागम का आयोजन किया गया। इस मौके वड्डी गिनती दे संगतां ने हाजरी भरी अते गुरु घर के कीर्तनियां कथावाचकां अते प्रचारकां ने गुरु साहब जी के जीवन तो संगतां नूं जाणू करवाया। इस मौके श्रोमणी गुरुद्वारा प्रबंधक कमेटी के प्रधान बीबी जगीर कौर समेत श्रोमणी गुरुद्वारा प्रबंधक कमेटी के मैंबर पंथक हस्तियां अते वड्डी गिनती विच संगतां ने शमूलियत की। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਤੀਸਰੀ ਜੋਤ, ਧੰਨ ਗੁਰੂ ਅਮਰਦਾਸ ਜੀ ਦੇ ਅੱਜ ਪ੍ਰਕਾਸ਼ ਉਤਸਵ ਦੇ, ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਧੰਨ ਗੁਰੂ ਅਮਰਦਾਸ ਜੀ ਨੇ ਜਿੱਥੇ ਬਹੁਤ ਵੱਡੀ ਸੇਵਾ ਧੰਨ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿੱਚ ਕੀਤੀ, ਬਖਸ਼ਾਂ ਬੜੀਆਂ ਲਈਆਂ ਨੇ ਮਾਣੇ ਦੇ ਮਾਣ ਨੇ ਤਾਣੇ ਤਾਂ ਨੋਟਿਆਂ ਦੀ ਓਟ, ਇਹ ਬਖਸ਼ਿਸ਼ ਗੁਰੂ ਅਮਰਦਾਸ ਜੀ ਨੂੰ ਪ੍ਰਾਪਤ ਹੋਈ। ਉਹਨਾਂ ਨੇ ਜਿੱਥੇ ਪਰਉਪਕਾਰ ਦੇ ਬਹੁਤ ਕਾਰਜ ਕੀਤੇ, ਬਾਣੀ ਬਖਸ਼ਿਸ਼ ਕੀਤੀ, ਉੱਥੇ ਨਾਲ ਬਾਲ ਵਿਵਾਹ ਦੇ ਜਦੋਂ ਵਿਧਵਾ ਹੋ ਜਾਂਦੀਆਂ ਸਨ ਬੱਚੀਆਂ ਉਹਨਾਂ ਨੂੰ ਦੂਜਾ ਵਿਆਹ ਕਰਾਉਣ ਦਾ ਵੀ ਅਧਿਕਾਰ ਦਿੱਤਾ, ਸਤੀ ਹੋਣ ਦੀ ਰਸਮ ਨੂੰ ਬੰਦ ਕੀਤਾ ਅਤੇ ਇਹ ਵੀ ਉਚਾਰਨ ਕੀਤਾ ਕਿ ਸਤੀਆਂ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਨ, ਸਤੀਆਂ ਸੇਈ ਨਾਨਕਾ ਜੋ ਬਿਰਹੇ ਚੋਟ ਮਰਨ। ਸੋ ਸਤੀ ਦੀ ਰਸਮ ਨੂੰ ਬੰਦ ਕੀਤਾ ਅਤੇ ਧੰਨ ਗੁਰੂ ਅਮਰਦਾਸ ਜੀ ਨੇ ਪੰਗਤ ਅਤੇ ਸੰਗਤ ਦੀ ਪਰੰਪਰਾ ਜਿਹੜੀ ਸੀ ਚਾਲੂ ਕੀਤੀ, ਭਾਵ ਜਾਤ ਪਾਤ ਛੂਤ ਛਾਤ ਸਭ ਖਤਮ ਕਰਕੇ ਇੱਕੋ ਇਨਸਾਨ ਕਹਿ ਕੇ ਸਾਨੂੰ ਸਤਿਕਾਰਿਆ। ਧੰਨ ਗੁਰੂ ਅਮਰਦਾਸ ਜੀ ਨੇ ਇੱਕ ਨਾਲ ਜੁੜਨ ਵਾਸਤੇ ਜਿੱਥੇ ਆਪ ਇੱਕ ਨੂੰ ਪਛਾਣਿਆ, ਇੱਕ ਨੂੰ ਜਾਣਿਆ, ਇੱਕ ਨੂੰ ਹੀ ਮਾਣਿਆ,
सानू भी सारे उपदेश दिता कि एक जोत नाल जुड़ना। सो मैं अरदास करांगी कि सानू अज इत्थों पैगाम लैके जाना चाहिए कि असी इक्को नाल जुड़ना, धन गुरु ग्रंथ साहब नाल जुड़ना, शब्द गुरु नाल जुड़ना, तो उहदे नाल जुड़ के ही अपना जीवन सफल करना। गुरुद्वारा श्री संत साहब जो पवदा पातशाह ने इत्थे सन बीज नर जो लख जावे जो ना जम के पंथ ना पावे भले अमरदास गुण तेरी उपमा तोहे बनावे, उहदे संबंध विच अज महाराज का धन धन अमरदास पातशाह का जिहड़ा अज उन्हां प्रकाश दिहाड़ा जिहड़ा अज बड़ा संगतां उमम आ गए सारी श्रोमणी गुरुद्वारा पंधु गड्डी वल्लों साडे औसकार जो बीबी ਕੀ ਜੋ ਜੀ ਪ੍ਰਧਾਨ ਸਾਹਿਬ ਇੱਥੇ ਆਏ ਅਤੇ ਸੋ ਇੱਥੇ ਜਿਹੜਾ ਇਹ ਮੁਕਤੀ ਦਾ ਦਰ ਜਿਹੜਾ ਇਹ ਗੁਰੂ ਮਹਾਰਾਜ ਨੇ ਜਿਹੜਾ ਬਣਾਇਆ ਹੈ ਸੰਤ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਆਜ ਤੋਂ ਗਰਿਆਈ ਮਿਲੀ ਆ ਅਤੇ ਮਹਾਂਪੁਰਸ਼ ਇੱਥੇ ਆ ਕੇ ਬਾਬਾ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਥੇ ਆ ਕੇ ਜਿਹੜਾ ਕੋਠਾ ਕੋਠੇ ਵਿੱਚ ਬਹਿ ਗਏ ਅਤੇ ਭਜਨ ਕੀਤਾ ਵੀ ਜਿਹੜੇ ਗੁਰੂ ਦੇ ਸਿੱਖ ਮੇਰੇ ਕੋਈ ਸਿੱਖ ਨੇ ਉਹ ਮੇਰੇ ਆ ਕੇ ਭਾਜੀ ਨੂੰ ਨਾ ਖੁੱਲਣ, ਪਰ ਬਾਬਾ ਬੁੱਢਾ ਜੀ ਨਾਲ ਸੀ ਉਹਨਾਂ ਨੇ ਆਪਣੀ ਯੁਗਤੀ ਦੇ ਨਾਲ ਜਿਹੜਾ ਇੱਕ ਦੀ ਪੂਜਾ ਇੱਕ ਨੂੰ ਮਰਨ ਵਾਸਤੇ ਇੱਕ ਜੋਤ ਨੂੰ ਇਹ ਉੱਤੇ ਪਹਿਰਾ ਦੇਣ ਵਾਸਤੇ ਉਹਨਾਂ ਦੇ ਪਿੱਛੋਂ ਦੀ ਸੰਨ ਲਾ ਗਏ ਅਤੇ ਮਹਾਰਾਜ ਨੂੰ ਉੱਥੇ ਪ੍ਰਗਟ ਪ੍ਰਕਾਸ਼ ਕੀਤਾ, ਉਹਨਾਂ ਦਾ ਦਰਸ਼ਨ ਕਰਾਏ ਸੰਗਤਾਂ ਨੂੰ ਅਤੇ ਇੱਕ ਦੇ ਲੜ ਲਾਇਆ। ਅਤੇ ਹੁਣ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਜਾ ਰਹੇਗੀ ਸਾਡੀ ਇੱਕ ਖਾਸ ਧਾਰਮਿਕ ਪੇਸ਼ਕਸ਼। ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਕੀਤੀ ਗਈ। ਸ਼ਰਧਾਲੂਆਂ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਕਿਨਾਰੇ ਘਿਓ ਦੇ ਦੀਵੇ ਅਤੇ ਰੰਗ ਬਿਰੰਗੀਆਂ ਮੋਮਬੱਤੀਆਂ ਬਾਲ ਕੇ ਆਗਮਨ ਪੁਰਬ ਦੀ ਖੁਸ਼ੀ ਮਨਾਈ ਅਤੇ ਰਹਿਰਾਸ ਦੇ ਪਾਠ ਤੋਂ ਬਾਅਦ ਸੁੰਦਰ ਆਤਿਸ਼ਬਾਜ਼ੀ ਕੀਤੀ ਗਈ। ਰੰਗ ਬਿਰੰਗੀਆਂ ਲਾਈਟਾਂ ਨਾਲ ਜਗਮਗਾਉਂਦੇ ਸ਼੍ਰੀ ਦਰਬਾਰ ਸਾਹਿਬ ਅਤੇ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ ਵੇਖਣ ਦੇ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਨਿਮਾੜਿਆਂ ਦੇ ਮਾਣ, ਨਿਤਾੜਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤਰ, ਨਿਧਰਿਆਂ ਦੀ ਧਿਰ, ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਬੜੀ ਭਾਵਨਾ ਦੇ ਸਹਿਤ ਮਨਾਇਆ ਜਾ ਰਿਹਾ ਹੈ। ਸਤਿਗੁਰਾਂ ਨੇ ਆਪਣੇ ਜੀਵਨ ਦੌਰਾਨ ਬੇਅੰਤ ਬਖਸ਼ਿਸ਼ਾਂ ਲੋਕਾਈ ਦੇ ਉੱਤੇ ਕੀਤੀਆਂ, ਤੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਤੇ ਸਤਿਗੁਰਾਂ ਦੇ ਜਨਮ ਨਗਰ ਬਾਸਰ ਕੇ ਨਗਰ ਸੰਨ ਸਾਹਿਬ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਗੁਰਪੁਰਬ ਅਤੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬੜੀ ਭਾਵਨਾ ਦੇ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਮੈਨੇਜਮੈਂਟ ਵੱਲੋਂ ਬੜੀ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੰਗਤਾਂ ਆਨੰਦ ਮਾਣ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੀਆਂ। ਸਮੁੱਚੀਆਂ ਸੰਗਤਾਂ ਨੂੰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਜੀ ਦੇ ਜਨਮ ਦਿਹਾੜੇ 'ਤੇ ਸਾਨੂੰ ਇੱਥੇ ਆ ਕੇ ਬਹੁਤ ਹੀ ਖੁਸ਼ੀ ਹੋ ਰਹੀ ਹੈ। ਆਤਿਸ਼ਬਾਜ਼ੀ ਦੀਪਕ ਜਲਦੇ ਵੇਖ ਕੇ ਮਨ ਬਹੁਤ ਖੁਸ਼ ਹੋਇਆ। ਅੱਜ ਖੁੱਲ੍ਹੇ ਦਰਸ਼ਨ ਬਾਬਾ ਜੀ ਦੇ ਕੀਤੇ ਨੇ ਅਤੇ ਹੁਣ ਬਾਬਾ ਜੀ ਤੋਂ ਇਹੀ ਅਰਦਾਸ ਹੈ ਕਿ ਇਹ ਕਰੋਨਾ ਦੀ ਮਹਾਂਮਾਰੀ ਤੋਂ ਜਲਦ ਖਤਮ ਕਰ ਦਿੱਤਾ। ਅੱਜ ਬਹੁਤ ਅੱਛਾ ਲੱਗਿਆ ਸਾਨੂੰ, ਅੱਜ ਗੁਰੂ ਅਮਰਦਾਸ ਜੀ ਦਾ ਜਨਮ ਦਿਨ ਹੈ ਸਾਨੂੰ। ਮੈਨੂੰ ਬਹੁਤ ਵਧੀਆ ਲੱਗਿਆ, ਮਹਾਰਾਜ ਜੀ ਨੇ ਸਾਨੂੰ ਖੁੱਲ੍ਹੇ ਦਰਸ਼ਨ ਦਿੱਤੇ ਹੈ। ਮੇਰੀ ਤਾਂ ਬਸ ਮਹਾਰਾਜ ਜੀ ਤੋਂ ਅੱਗੇ ਇਹੀ ਅਰਦਾਸ ਹੈ ਕਿ ਸਾਨੂੰ ਇਹ ਕਰੋਨਾ ਮਹਾਂਮਾਰੀ ਤੋਂ ਬਚਾ ਕੇ ਰੱਖਣ। ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਕੋਰੋਨਾ ਵੈਕਸੀਨ ਕੈਂਪ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕੈਂਪ ਲਈ 53 ਲੱਖ ਰੁਪਏ ਨਾਲ 5,000 ਕੋਰੋਨਾ ਵੈਕਸੀਨ ਦਾ ਪ੍ਰਬੰਧ ਕੀਤਾ ਹੈ, ਜੋ ਕਿ ਲੋਕਾਂ ਨੂੰ ਮੁਫ਼ਤ ਲਗਾਈ ਜਾ ਰਹੀ ਹੈ। ਕੈਂਪ ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ, ਧੰਨਵਾਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇਸ ਜੰਗ ਵਿੱਚ, ਕੋਵਿਡ ਦੀ ਜੰਗ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਹੀ ਮਿਣੇ 'ਤੇ ਦਿਨ ਰਾਤ ਮਿਹਨਤ ਕਰਕੇ ਆ ਸੇਵਾ ਸੰਭਾਲੀ ਹੈ ਅਤੇ ਮੈਂ ਵਧਾਈ ਦੇਣਾ ਚਾਹੁੰਦਾ, ਧੰਨਵਾਦ ਕਰਨਾ ਚਾਹੁੰਦਾ ਦਿਲ ਦੀ ਗਹਿਰਾਈਆਂ ਤੋਂ ਗੁਰੂ ਰਾਮਦਾਸ ਹੌਸਪੀਟਲ ਦੇ ਸਟਾਫ ਦਾ, ਨਰਸਿਸ ਦਾ, ਡਾਕਟਰ ਦਾ,
जिन्हें अपनी जान ਤਾਂ ਖਤਰਾ ਹੁੰਦੇ ਹੋਏ ਵੀ ਆਪਣੇ ਉਹਨਾਂ ਨੇ ਸੇਵਾ ਸੰਭਾਲੀ ਹੈ। 9 ਸੈਂਟਰ ਖੋਲ੍ਹ ਦਿੱਤੇ ਹੈ, 10ਵਾਂ ਸੈਂਟਰ ਅੱਜ 2 ਵਜੇ ਅਸੀਂ ਖੋਲ੍ਹਣ ਜਾ ਰਹੇ ਹਾਂ। ਤਕਰੀਬਨ 150 SGPC ਨੇ ਡਾਕਟਰ ਦੀ ਸੇਵਾ ਲਿੱਤੀ ਹੈ, ਤਕਰੀਬਨ 250 ਨਰਸਿਸ ਹੈ, ਤਕਰੀਬਨ ਮੈਂ ਦੇਖ ਰਿਹਾ ਸੀ 800-900 ਮਰੀਜ਼ ਕੱਲ੍ਹ ਤੱਕ ਠੀਕ ਹੋ ਕੇ ਚਲੇ ਵੀ ਗਏ ਹੈ। ਤੋ ਅੱਜ ਜਿਹੜਾ ਵੈਕਸੀਨੇਸ਼ਨ ਅੱਜ SGPC ਸ਼ੁਰੂ ਕਰ ਰਿਹਾ, ਜਿਵੇਂ ਜਿਵੇਂ वो डोजेज जिदन डिमांड आई जाऊगी उवें उवें SGPC होर मंगाई जाऊगी। तो अज मैं बीबी जी ने गल कर रहा सी, कहिंदे सी आपां अज दा इत्थों शुरू करांगे, जल्दी ही तिन्ने तक सभां ते जाके आपां परमात्मा दा आशीर्वाद लैके बख्शिश लैके हर पंजाब दे कोने कोने ते SGPC तरफों वैक्सीनेशन ड्राइव शुरू होगी। मैं धन्यवाद करदा फिर तो SGPC दा, SGPC मैंबर दा, एग्जैक्टिव दा, बीबी जगीर कौर जी दा कि इन्होंने आ लड़ाई अगे होके लड़ी है। इस संस्था के सारे एग्जैक्टिव मैंबरस ने, श्रोमणी कमेटी के मैंबर ने, असी सलाह की कि किसी ढंग के नाल गुरु रामदास के हस्पताल वालों पहला जिदा असी सेंटर खोले है, कोविड केयर सेंटर खोले है, वो तो ऑक्सीजन का लंगर चल पाया, लेकिन हुण बहुत मुश्किल आ रही थी भी आने वाले समय वास्ते ये वैक्सीनेशन करनी जी है वो जरूरी है। सो क्योंकि किसी पासे सरकार वालों भी ये पूरा नहीं किया जा सकता, दूजे वालों भी नहीं किया जा रहा, ये सारी मुश्किल समझते हुए कि लोग तुसी देखो लाइना बन बन के बैठे है, इहदा मतलब कि लोग चाहते हैं कि वैक्सीनेशन कराइए। असी बड़ी मुश्किल ना उपराला करके इन्ना कुछ असी अजे प्राप्त कर सके हैं, आने वाले समय से जिन्ना भी सानू मिली जाएगा उस वैक्सीन करी जा। 9 सेंटर खुल चुके हैं कोविड केयर सेंटर, और सारे मरीजों को बहुत वधिया ढंग दे नाल सारिया सहूलतां दित्तियां गईयां, और सेवा भी बड़ी कामयाब हुई है। इस तरह अज भी कत्थू नंगल गुरुद्वारा साहब के विच उत्थे भी अज खोलन जा रहे हैं कोविड केयर सेंटर शाम को 2 बजे। इस तो बाद तख्त श्री दमदमा साहब, तख्त श्री आनंदपुर साहब, क्योंकि असं तख्तों के उत्ते पहला असं ये लावे कैंप ता जो संगत जी है वह आके टीके करा सके। बहुत वधिया प्रबंध उपराला श्रोमणी कमेटी का, ये हर संस्था को इदा करना चाहिए। सरकार वालों जो नहीं आ रही ये प्रबंध कर रहे, बड़ी चंगी गल आ, कौम लई बढ़िया हैगा। कौम का श्रोमणी कमेटी जी कौम की बड़ी बड़ी संस्था हैगी, कौम की ये सारी कौम जी फख्र महसूस करती है, कर रहे हैं। बहुत वधिया सिस्टम किया गया है, सवेरे आके सब तो पहले लाइन वाइज उन्होंने रजिस्ट्रेशन कितिया वै, उस तो बाद सबू सीट से बिठाया गया, हूँ टर्न बाय टर्न साड़ी वारी आ रही है। वैक्सीन यहाँ पे शुरू की है, इसके लिए बहुत बहुत शुक्रिया, क्योंकि यहाँ लोगों को बहुत दिक्कत हो रही थी, 18+ को तो मिल नहीं रही थी, अब 18+ सबको मिल रही है यहाँ पे वैक्सीन के, बहुत अच्छा किया है। अज मैं इतने 18+ हैगी हाँ, तो वैक्सीन की बड़ी लोड हैगी सी, तो कितने भी लभदी नहीं पई सी, तो इस करके अज इन्होंने एक एडवरटीजमेंट करके बड़ा चंगा किया कि सानू अवेयरनेस दी है, तो अज मैं इतने लगवान आई हाँ, तो सवेर की आई हाँ, तो बस कुछ पलों से वारी आने वाली है। तो हूँ वेला छोटे जे ब्रेक का, ब्रेक तो बाद जारी रहेगी साड़ी एक खास धार्मिक पेशकश। ਕੋਰੋਨਾ ਦੇ ਚੱਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਨਲਾਈਨ ਵਿਧੀ ਰਾਹੀਂ ਧਰਮ ਪ੍ਰਚਾਰ ਲਹਿਰ ਨੂੰ ਅੱਗੇ ਵਧਾਏਗੀ। ਬੀਬੀ ਜਗੀਰ ਕੌਰ ਨੇ ਪ੍ਰਚਾਰਕਾਂ ਦੀ ਵਰਕਸ਼ਾਪ ਦੀ ਕੀਤੀ ਸ਼ੁਰੂਆਤ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਦੇ ਚੱਲਦਿਆਂ ਬਣੇ ਹਾਲਾਤ ਵਿੱਚ ਆਨਲਾਈਨ ਵਿਧੀ ਰਾਹੀਂ ਧਰਮ ਪ੍ਰਚਾਰ ਲਹਿਰ ਨੂੰ ਅੱਗੇ ਵਧਾਉਣ ਲਈ ਪ੍ਰਚਾਰਕਾਂ ਦੀ ਆਨਲਾਈਨ ਗੁਰਮਤ ਵਰਕਸ਼ਾਪ ਦੀ ਸ਼ੁਰੂਆਤ ਬੀਤੇ ਦਿਨੀ ਧਰਮ ਪ੍ਰਚਾਰ ਕਮੇਟੀ ਦੇ ਦਫ਼ਤਰ ਵਿਖੇ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਵਰਕਸ਼ਾਪ ਦੀ ਆਰੰਭਤਾ ਸਮੇਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਬਾਹਰਲੇ ਸੂਬਿਆਂ ਤੋਂ ਜੁੜੇ ਪ੍ਰਚਾਰਕਾਂ ਨੂੰ ਸੰਬੋਧਨ ਕੀਤਾ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਮਤ ਨਾਲ ਜੋੜਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਲਈ ਕਿਹਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੌਜੂਦਾ ਸਮੇਂ ਅੰਦਰ ਵੱਡੇ ਵੱਡੇ ਇਕੱਠ ਕਰਕੇ ਜਾਂ ਸਕੂਲਾਂ ਕਾਲਜਾਂ ਤੱਕ ਪਹੁੰਚ ਕਰਕੇ ਧਰਮ ਪ੍ਰਚਾਰ ਕਰਨਾ ਸੰਭਵ ਨਹੀਂ ਹੈ, ਇਸ ਲਈ ਇੰਟਰਨੈਟ ਦੇ ਮਾਧਿਅਮ ਰਾਹੀਂ ਸੂਚਨਾ ਤਕਨੀਕ ਦੀ ਵਰਤੋਂ ਕਰਕੇ ਸੰਗਤ ਅਤੇ ਖਾਸ ਕਰ ਨੌਜਵਾਨੀ ਤੱਕ ਪਹੁੰਚ ਕੀਤੀ ਜਾਵੇ। ਅੱਜ ਦਾ ਸਮਾਂ ਜਿਹੜਾ ਇੰਨਾ ਨਾਜ਼ੁਕ ਬਣ ਚੁੱਕਾ ਕਿ ਅਸੀਂ ਬਹੁਤੇ ਇਕੱਠ ਨਹੀਂ ਕਰ ਸਕਦੇ, ਅਸੀਂ ਕਲਾਸਾਂ ਨਹੀਂ ਇਕੱਠੀਆਂ ਕਰ ਸਕਦੇ। ਪ੍ਰਚਾਰਕਾਂ ਦਾ ਮਨ ਕਰਦਾ ਕਿ ਸਾਡੇ ਕੋਲ ਜੋ ਗਿਆਨ ਹੈ ਅਸੀਂ ਜਾ ਕੇ ਸੰਗਤਾਂ ਵਿੱਚ ਵੰਡੀਏ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਜ਼ਿੰਮੇਵਾਰ ਸੰਸਥਾ ਹੋਣ ਦੇ ਨਾਤੇ ਇਹ ਮਹਿਸੂਸ ਕਰਦੀ ਹੈ ਕਿ ਅਸੀਂ ਕੌਮ ਦੀ ਪਨੀਰੀ ਜਿਹੜੀ ਹੈ ਉਹਨੂੰ ਅਸੀਂ ਚੰਗੀ ਤਰ੍ਹਾਂ ਸਮਝਾ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜਨ ਵਾਸਤੇ ਬਾਣੀ ਦਾ ਸਹੀ ਉਚਾਰਨ, ਸ਼ੁੱਧ ਉਚਾਰਨ, ਸ਼ੁੱਧ ਪਾਠ ਅਤੇ ਇਹਨਾਂ ਦੇ ਜਿਹੜੇ ਇਤਿਹਾਸ ਦੀਆਂ ਗੱਲਾਂ ਹਨ, ਗੁਰੂ ਇਤਿਹਾਸ ਦੀਆਂ, ਉਹ ਅਸੀਂ ਘਰ ਘਰ ਤੱਕ ਪਹੁੰਚਾਈਏ। ਸੋ ਇਹ ਸਾਰਾ ਵੀ ਦੇਖਦੇ ਹੋਏ ਹਾਂ ਕਿ ਅੱਜ ਅਸੀਂ ਵੱਡੇ ਦੀਵਾਨ ਨਹੀਂ ਸਜਾ ਸਕਦੇ, ਅਸੀਂ ਵੱਡੇ ਇਕੱਠ ਨਹੀਂ ਕਰ ਸਕਦੇ, ਕਲਾਸਾਂ ਨਹੀਂ ਲੱਗ ਸਕਦੀਆਂ। ਉਹ ਜਿਹੜੇ ਗੁਰਦੁਆਰਿਆਂ 'ਚ ਜਾ ਕੇ ਪ੍ਰਚਾਰਕ ਪੜ੍ਹਾਉਂਦੇ ਸਨ, ਉਹ ਸਮਾਂ ਨਹੀਂ ਬਣ ਰਿਹਾ ਕਿ ਉਹਨਾਂ ਨੂੰ ਜਾ ਕੇ ਪੜ੍ਹਾਇਆ ਜਾ ਸਕੇ।
सो ये सारिया चीज़ों नू महसूस किया कि साढ़े जड़े प्रचारक है वो किस ढंग दे नाल बच्चे नाल जुड़ सकन अपनिया क्लासा लै सकन इत्थे बैठ के ही ऑनलाइन जड़ी है वो गुरु इतिहास गुरु शब्द की विचार जड़ी है वो लोगों तक पहुँचा सकन। सो ये पहला ये सोचा गया कि इन सारे प्रचारकों के रिफ्रैशर कोर्स जिस तरह होंगे है पहला इन्हों असी रिफ्रैशर कोर्स कराइए कि जी कलैरिटी उन्होंने कोई लैनी हो विद्वान जे आके लैक्चर देंगे जेड़े वैसे ये सारे विद्वान होंगे है ये ऐसी गल नहीं कि सारे ने कोर्स किए ने सारे पढ़े लिखे है सारे विद्वान है सारे अपने आप से परिपक्व है पर फिर भी इतने तुम देखोगे IAS अफसर भी होंगे IPS की होगी PCS होंगे जिन्हें मर्जी कोई हो डॉक्टर हो हर एक रिफ्रैशर कोर्स की लड़ पी है समय के नाल। सो वो सारिया चीज़ों दोहराने वास्ते कि किसी ये ना हो कि प्रचारक कित आप ऑनलाइन जो पढ़ाने हैं किसी वेले महसूस करे कि उन्होंने किसी की कलैरिटी की लड़ है। सो वो सारिया विद्वाना दिया क्लासा पहले लग रही कि पहला प्रचारकों पढ़ाया जाए उन्होंने कोर्स पूरे किए जा जे कि उन्होंने कोई स्पष्टीकरण करना होई कलैरिटी लैनी हो तो लै सकन इस तो बाद प्रचारक जड़े है वो अपन क्लासा लै करे तो बच्चों ये इनकलकेट करे शब्द विचार। सो ये सारिया चीज़ा जन वास्ते धर्म प्रचार के इस साढ़े विभाग वालों श्रोमणी गुरुद्वारा प्रबंधक कमेटी का धर्म प्रचार जोड़ा सेंटर है ये वालों किया जा रहा कि असी अपने बच्चों अपनी पनीरी अपने भविख न सही सोच देने गुरमत की सोच देने और शुद्ध बाणी उचारण शुद्ध बाणी की व्याकरण समझाने लिए जा उन्हों कवितावान जा बाणी दे जो साढ़े कंपीटिशन होंगे गुरबाणी कंठ मुकाबले वो भी जा दस्तार मुकाबले होए इस ढंग के नाल जिहड़े असी मुकाबले कराने हैं उस तो पहले उन्हें पढ़ाया जाए पढ़ाने तो बाद उन्हें टेस्ट ले जा। सो ये अज काम शुरू किया दफ्तर के विच तां जो साढ़े प्रचारक आके इत्थे अपनी जुड़ सकन ते जुड़ के ते विद्वानां दे ख्याल सुन सकन। अज दा जो समा चल रहा करोना महामारी का बहुत भयानक समा है सारे साढ़े विद्यार्थी ते साढ़े प्रचारक साहिबान घरां दे विच बंद हो चुके ने बच्चे स्कूलों विचों छुट्टियां कारण घर विच बैठे ने असीं उन्हां दे सारे जो वेले टाइम नूं चंगे ढंग नाल यूज़ करन लई असीं इह प्रोग्राम बनाया सी कि ऑनलाइन क्लासा ला के बच्चों को चंगी सिक्ख्या दी जाए ताकि वो उन्होंने आने वाले जीवन के काम आ सके क्योंकि हमेशा गुरबाणी तो सिक्ख्या लैके ही बंदा चंगा मनुख बनता है तो अपने ते निर्भर सारे जीवों के जोड़े है कोई सेवा करने विश्वास करता है इसलिए गुरबाणी तो सिक्ख्या लैके असं अपना सारा जीवन बहुत चंगे ढंग निभा सकते हैं तो सारी दुनिया के असी अपना एक चंगा मनुख होने का मनुख के तौर पर अपने आप में पेश कर सकते हैं। इस सारिया गलों सोच के असी ऑनलाइन क्लासा शुरू कीतिया ने जो इन करोना पीरियड दौरान घर बैठे ही प्रचारकों चंगी सिक्ख्या दी जा सके ताकि सीख के अगे विद्यार्थियों को सिखा सकन तो विद्यार्थी अगों सीख के अपने जीवन में धारण करके आने वाली पीढ़ियां तक वह प्रचार कर सकन। इस प्रोग्राम में साड़ी भरपूर कोशिश रहती है कि सारे हफ्ते पंथक सरगर्मियों नाल तुहानू रूबरू कराइए साढ़े इस प्रोग्राम संबंधी या श्रोमणी गुरुद्वारा प्रबंधक कमेटी संबंधी तुसी कोई राय कोई सुझाव देना चाहते हो तो मेल करो feedback@PCNetwork.tv ते अगले हफ्ते फिर हाजिर होवांगे सिख सरगर्मियां लैके तद तक ली दो इजाज़त। वाहिगुरू जी का खालसा वाहिगुरू जी की फतेह।